ਇੰਡੀਅਨ ਟਾਈਮਜ਼ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਰਤ ਦੀਆਂ 10 ਮੁੱਖ ਖਬਰਾਂ ਹਨ। RBI ਨੇ ਸੰਭਾਵਿਤ ਮੁੱਲ ਵਿਧੀ ਨੂੰ ਧਿਆਨ ਵਿੱਚ ਰੱਖਦੇ ਹੋਏ ਇੰਟਰਸਟ ਰੇਟਸ ਵਿੱਚ ਕੋਈ ਬਦਲਾਵ ਨਹੀਂ ਕੀਤੇ, ਪਰ ਭਵਿੱਖ ਵਿੱਚ ਦਰ ਵਿੱਚ ਕਟੌਤੀ ਦਾ ਰਸਤਾ ਖੁੱਲ੍ਹਾ ਛੱਡਿਆ ਹੈ। ਉਹਨਾਂ ਨੇ ਕਰੰਟ ਵਿੱਤੀ ਸਾਲ ਵਿੱਚ ਆਰਥਿਕ ਵਿਕਾਸ ਦਾ ਦਰ ਵੀ 6.7% ਹੀ ਰੱਖਿਆ ਹੈ, ਜਦਕਿ ਮਹਿੰਗਾਈ ਦੇ ਲਕਸ਼ ਨੂੰ ਥੋੜ੍ਹਾ ਜਿਹਾ ਵਧਾਉਂਦੇ ਹੋਏ ਮਾਰਚ ਤੱਕ ਦੇ ਲਈ 4.7% ਕਰ ਦਿੱਤਾ ਹੈ। 2 ਸਾਲ ਦੇ ਨਿਲੰਬਨ ਦੇ ਬਾਅਦ IPL 2018 ਵਿੱਚ ਫਰੈਂਚਾਈਜ਼ ਦੇ ਤੌਰ ਉੱਤੇ ਚੇਨਈ ਸੁਪਰ ਕਿੰਗ ਦੀ ਵਾਪਸੀ ਹੋ ਰਹੀ ਹੈ ਅਤੇ ਇਸ ਦੀ ਕਪਤਾਨੀ ਮਹਿੰਦਰ ਸਿੰਘ ਧੋਨੀ ਹੀ ਕਰਨਗੇ। ਗਵਰਨਿੰਗ ਕੌਂਸਲ ਨੇ ਰਾਜਸਥਾਨ ਰਾਇਲਸ ਦੀ ਵੀ ਵਾਪਸੀ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਨ੍ਹਾਂ ਉੱਤੇ ਸਪੌਟ ਫਿਕਸਿੰਗ ਅਤੇ ਬੈਟਿੰਗ ਦੇ ਆਰੋਪ ਲੱਗੇ ਸਨ ਅਤੇ ਇਹਨਾਂ ਨੂੰ 2015 ਦੇ ਆਪਣੇ 5 ਖਿਲਾੜੀ ਰਿਟੇਨ ਕਰਨ ਦੀ ਅਨੁਮਤੀ ਵੀ ਮਿਲ ਗਈ ਹੈ। PM ਨਰਿੰਦਰ ਮੋਦੀ ਨੇ ਕਾਂਗਰਸ ਪਾਰਟੀ ਦਾ ਗੁਜਰਾਤ ਚੁਣਾਵ ਜਿੱਤਣ ਦੇ ਦਾਅਵੇ ਦਾ ਮਜ਼ਾਕ ਉਡਾਇਆ। ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਹਾਲਤ ਸਾਈਕਲੋਨ ਔਖੀ ਦੇ ਵਾਂਗ ਹੀ ਹੈ, ਜੋ ਬਹੁਤ ਫੈਲ ਕੇ ਆਵੇਗਾ ਪਰ ਹਵਾ ਦੇ ਬਲੂਨ ਦੇ ਵਾਂਗ ਫੁੱਸ ਹੋ ਜਾਵੇਗਾ। ਸ਼ਿਵ ਸੈਨਾ ਦੇ 8 ਕਾਰਜਕਰਤਾ ਨੂੰ ਸ਼੍ਰੀਨਗਰ ਵਿੱਚ ਹਿਰਾਸਤ ਵਿੱਚ ਲੈ ਲਿੱਤਾ ਗਿਆ ਹੈ। ਇਹ ਲੋਕ ਸ਼ਹਿਰ ਵਿੱਚ ਤਿਰੰਗਾ ਫਹਿਰਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਨੈਸ਼ਨਲ ਕਾਨਫਰੰਸ ਦੇ ਅਧਿਆਕਸ਼ ਫਾਰੂਕ ਅਬਦੁੱਲਾ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਕੇਂਦਰ ਜਾਂ BJP ਸ਼੍ਰੀਨਗਰ ਸ਼ਹਿਰ ਵਿੱਚ ਤਿਰੰਗਾ ਨਹੀਂ ਫਹਿਰਾ ਸਕਦੇ, POK ਤਾਂ ਦੂਰ ਦੀ ਗੱਲ ਹੈ। ਸੀਨੀਅਰ ਵਕੀਲ ਕਪਿਲ ਸਿੱਬਲ ਦੀ ਮੰਗ ਹੈ ਕਿ ਰਾਮ ਜਨਮ ਭੂਮੀ ਬਾਬਰੀ ਮਸਜਿਦ ਉੱਤੇ ਸੁਣਵਾਈ 2019 ਦੇ ਆਮ ਚੁਣਾਵ ਤੱਕ ਟਾਲ ਦਿੱਤੀ ਜਾਵੇ। ਉਸਨੇ ਇੱਕ ਰਾਜਨੀਤਿਕ ਆਂਧੀ ਖੜੀ ਕਰ ਦਿੱਤੀ ਹੈ। PM ਨਰਿੰਦਰ ਮੋਦੀ ਨੇ ਕਾਂਗਰਸ ਉੱਤੇ ਹਮਲਾ ਕਰਦੇ ਹੋਏ ਸੁੰਨੀ ਵਕਫ ਬੋਰਡ ਨੂੰ ਸਿੱਬਲ ਦੀ ਇਸ ਯਾਚਿਕਾ ਤੋਂ ਖੁਦ ਨੂੰ ਅੱਡ ਕਰਨ ਦੇ ਲਈ ਵਧਾਈ ਵੀ ਦਿੱਤੀ। ਮਹਾਰਾਸ਼ਟਰ ਦੇ ਜੰਗਲ ਵਿੱਚ ਭੀਸ਼ਣ ਗੋਲੀਬਾਰੀ ਦੇ ਬਾਅਦ 7 ਮਾਓਵਾਦੀ ਨੂੰ ਮਾਰ ਗਿਰਾਇਆ ਗਿਆ, ਜਿਸ ਵਿੱਚ 5 ਮਹਿਲਾਵਾਂ ਹਨ ਅਤੇ 2 ਜ਼ਖਮੀ ਹੋ ਗਏ। ਐਂਟੀ ਨਕਸਲ ਆਪਰੇਸ਼ਨ ਦੇ C-60 ਕਮਾਂਡੋਜ਼ ਦੇ ਗਸਤੀ ਦਲ ਨੇ ਮਾਓਵਾਦੀ ਦੇ ਘਾਤਕ ਹਮਲੇ ਦਾ ਜਵਾਬ ਦਿੰਦੇ ਹੋਏ ਹਾਲ ਦੇ ਦਿਨਾਂ ਵਿੱਚ ਸਭ ਤੋਂ ਵੱਡੀ ਸਫਲਤਾ ਪਾਈ ਹੈ। ਸੈਨਾ ਅਧਿਆਕਸ਼ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਸੈਨਾ ਨੂੰ ਰਾਜਨੀਤੀ ਤੋਂ ਅੱਡ ਰਹਿਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਹੈ ਕਿ ਅਗਰ ਸਸ਼ਸਤਰ ਬਲ ਰਾਜਨੀਤੀ ਤੋਂ ਉੱਤੇ ਰਹੇਗੀ ਤਾਂ ਜ਼ਿਆਦਾ ਵਧੀਆ ਹੋਵੇਗਾ। ਕੇਰਲ ਸਰਕਾਰ ਇੱਕ ਨਵਾਂ ਵਿਧੇਇਕ ਲੈ ਕੇ ਆਈ ਹੈ, ਜਿਸ ਵਿੱਚ ਉਹਨਾਂ ਨੇ ਸ਼ਰਾਬ ਪੀਣ ਦੀ ਕਾਨੂੰਨੀ ਉਮਰ 21 ਤੋਂ ਵਧਾ ਕੇ 23 ਕਰ ਦਿੱਤੀ ਹੈ। ਇਸ ਤੋਂ ਰਾਜ ਦੇ ਅਖਬਾਰੀ ਕਾਨੂੰਨ ਵਿੱਚ ਵੀ ਜ਼ਰੂਰੀ ਸੁਧਾਰ ਕੀਤੇ ਜਾਣਗੇ। ਕਾਂਗਰਸ ਨੂੰ ਇਸਨੇ ਗਿਮਿਕ ਦੱਸਿਆ ਹੈ। RBI ਨੇ ਡੈਬਿਟ ਕਾਰਡ ਦੇ ਇਸਤੇਮਾਲ ਉੱਤੇ ਲਗਾਏ ਜਾਣ ਵਾਲੇ ਮਰਚੈਂਟ ਡਿਸਕਾਊਂਟ ਰੇਟਸ ਨੂੰ ਤਰਕਸੰਗਤ ਬਣਾਉਣਾ ਚਾਹੁੰਦਾ ਹੈ ਅਤੇ ਵੱਡੇ ਅਤੇ ਛੋਟੇ ਵਿਵਸਾਇ ਦੇ ਲਈ ਅੜ ਕੈਪ ਲਗਾਉਣਾ ਚਾਹੁੰਦੇ ਹਨ। ਇਸ ਦਾ ਉਦੇਸ਼ ਇਲੈਕਟ੍ਰੋਨਿਕ ਪੇਮੈਂਟ ਨੂੰ ਵਧਾਵਾ ਦੇਣਾ ਹੈ। ਸੁਪਰਸਟਾਰ ਆਮਿਰ ਖਾਨ ਅਭਿਨੇਤ ਫਿਲਮ ਦੰਗਲ ਨੂੰ 7th ਆਸਟ੍ਰੇਲੀਅਨ ਅਕੈਡਮੀ ਆਫ ਸਿਨੇਮਾ ਐਂਡ ਟੈਲੀਵਿਜ਼ਨ ਆਰਟਸ ਅਵਾਰਡ ਵਿੱਚ ਬੈਸਟ ਏਸ਼ੀਅਨ ਫਿਲਮ ਕਰਾਰ ਦਿੱਤਾ ਗਿਆ ਹੈ। ਇਸ ਜੂਰੀ ਦੀ ਅਗਵਾਈ ਐਕਟਰ ਰੁਸੇਲ ਕ੍ਰੋਵ ਦੁਆਰਾ ਕੀਤੀ ਗਈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਅਮਰੀਕਾ ਦੀ ਮਹੱਤਵਪੂਰਨ ਖਬਰ ਦੇ ਨਾਲ ਜਲਦੀ ਵਾਪਸ ਆਵਾਂਗੇ।